ਬਠਿੰਡਾ ਨਜ਼ਦੀਕ ਕੋਟ ਫਤਾ ਵਿੱਚ ਬਲੀ ਦਿੱਤੇ ਦੋ ਮਾਸੂਮ ਦਲਿਤ ਭੈਣ ਭਰਾਵਾਂ ਦੇ ਮਾਮਲੇ ਤੇ ਦੋਸ਼ੀ ਤਾਂਤਰਿਕ ਲੱਖੀ ਨੂੰ ਉਸ ਵੇਲੇ ਝਟਕਾ ਲੱਗਿਆ ਜਦੋਂ ਉਸ ਦੇ ਜ਼ਮਾਨਤੀਏ ਨੇ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਆਪਣੀ ਜ਼ਮਾਨਤ ਵਾਪਸ ਲੈ ਲਈ। ਮਾਣਯੋਗ ਅਦਾਲਤ ਵੱਲੋਂ ਅਗਲੀ ਸੁਣਵਾਈ 16 ਨਵੰਬਰ ਤੇ ਰੱਖੀ ਗਈ। ਕੋਟ ਫਤਾ ਵਿੱਚ ਬਲੀ ਦਿੱਤੇ ਦੋ ਮਾਸੂਮ ਦਲਿਤ ਭੈਣ ਭਰਾ ਦੇ ਮਾਮਲੇ ਵਿੱਚ ਜ਼ਿਲ੍ਹਾ ਐਡੀਸ਼ਨਲ ਐਂਡ ਸੈਸ਼ਨ ਅਦਾਲਤ ਵਿੱਚ ਪੁਲਿਸ ਵੱਲੋਂ ਅਧਿਕਾਰਤ ਗਵਾਹੀ ਭੁਗਤਾਈ ਗਈ। ਦੋਸ਼ੀ ਤਾਂਤਰਿਕ ਲਖਵਿੰਦਰ ਉਰਫ ਲੱਖੀ ਨੂੰ ਉਸ ਵੇਲੇ ਝਟਕਾ ਲੱਗਿਆ ਜਦੋਂ ਉਸ ਦੇ ਜ਼ਮਾਨਤੀਏ ਗੁਰਜੀਵਨ ਸਿੰਘ ਨੇ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਆਪਣੀ ਜ਼ਮਾਨਤ ਵਾਪਸ ਲੈ ਲਈ। ਜ਼ਮਾਨਤੀਆਂ ਨੇ ਦੱਸਿਆ ਕਿ ਦੋ ਮਾਸੂਮ ਬੱਚਿਆਂ ਦੇ ਕਾਤਲ ਲੱਖੀ ਨੇ ਉਸ ਨੂੰ ਕੇਵਲ ਲੜਾਈ ਦਾ ਮਾਮਲਾ ਦੱਸ ਕੇ ਗੁੰਮਰਾਹ ਕਰਕੇ ਜ਼ਮਾਨਤ ਲਈ ਸੀ। ਉਸ ਨੂੰ ਦੋ ਕਤਲਾਂ ਦਾ ਪਤਾ ਨਹੀਂ ਸੀ। ਇਸ ਮੌਕੇ ਐਕਸ਼ਨ ਕਮੇਟੀ ਵੱਲੋਂ ਉੱਘੇ ਵਕੀਲ ਚਰਨਪਾਲ ਸਿੰਘ ਬਰਾੜ ਅਤੇ ਉਹਨਾਂ ਦੇ ਟੀਮ ਮੈਂਬਰ ਗੁਰਸੇਵਕ ਸਿੰਘ ਹਾਜ਼ਰ ਹੋਏ। ਮਾਣਯੋਗ ਜੱਜ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਗਲੀ ਸੁਣਵਾਈ 16 ਨਵੰਬਰ ਤੇ ਪਾ ਦਿੱਤੀ। ਇਸ ਮੌਕੇ ਐਕਸ਼ਨ ਕਮੇਟੀ ਨੇ ਬਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਣ ਦਾ ਪ੍ਰਣ ਦੁਹਰਾਇਆ। ਇਹ 2017 ਦੇ ਵਿੱਚ ਕੋਟਫਤਰ ਵਿੱਚ ਦੋ ਜਵਾਕ ਨਾਮਿਕਾ ਤੌਰ 'ਤੇ ਰਣਜੋਤ ਸਿੰਘ ਤਾਂਤਰਿਕ ਲੱਖੀ ਜਿਹੜਾ ਦਾਦੂ ਪਿੰਡ ਦਾ ਕਾਲਿਆਂ ਵਾਲੀ ਰਹਿੰਦਾ ਵਾ ਉਹਨੇ ਬਲੀ ਦੇ ਦਿੱਤੇ ਸੀ। ਜਵਾਕਾਂ ਦੀ ਦਾਦੀ ਔਰ ਜਵਾਕਾਂ ਦੇ ਪਿਤਾ ਨਾਲ ਮਿਲ ਕੇ ਉਹਨੇ ਜਵਾਕ ਮਾਰਤੇ ਸੀ। ਉਹਦਾ ਕੇਸ ਐਕਸ਼ਨ ਕਮੇਟੀ ਵੱਲੋਂ ਲੜਿਆ ਜਾਂਦਾ ਹੈ ਜਿਨ੍ਹਾਂ ਦੇ ਵਕੀਲ ਸ਼੍ਰੀ ਚਰਨਪਾਲ ਬਰਾੜ ਜੀ ਨੇ। ਉਹਦੀ ਅੱਜ ਇੱਕ ਤਾਂ ਮਤਲਬ ਥਾਣੇਦਾਰ ਸਾਹਿਬ ਦੀ ਦਰਸ਼ਨ ਸਿੰਘ ਦੀ ਗਵਾਹੀ ਸੀ, ਉਹ ਗਵਾਹੀ ਹੋ ਗਈ ਚੀਫ ਰਹਿ ਗਿਆ। ਦੂਜਾ ਇਹ ਬਾਈ ਜੀ ਨੇ ਇਹਨਾਂ ਦੀ ਮਤਲਬ ਇਹਨਾਂ ਦੀ ਧੋਖੇ ਨਾਲ ਇਹਨਾਂ ਤੋਂ ਜ਼ਮਾਨਤ ਲਈ ਗਈ ਸੀ ਜਿਹੜੀ ਕਿ ਇਹਨਾਂ ਨੂੰ ਦੱਸਿਆ ਗਿਆ ਸੀ ਵੀ ਇਹ ਇੱਕ ਲੜਾਈ ਦਾ ਮਸਲਾ। ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਇਸ ਤਾਂਤਰਿਕ ਨੇ ਦੋ ਮਤਲਬ ਨਿੱਕੀਆਂ ਜਿੰਦਾਂ ਨੂੰ ਬਲੀ ਦਿੱਤਾ ਗਿਆ, ਅੱਜ ਇਹਨਾਂ ਨੇ ਆਪਦੀ ਜ਼ਮਾਨਤ ਹੈ ਜਿਹੜੀ ਉਹ ਵਾਪਸ ਲਈ ਗਈ ਆ ਅਤੇ ਜਿਹਦੀ ਤਰੀਕ ਹੁਣ 16 ਦੱਸ ਪੈ ਗਈ ਹੈ। ਬਠਿੰਡਾ ਤੋਂ ਬਲਜਿੰਦਰ ਸਿੰਘ ਕੋਟਭਾਰਾ ਦੀ ਰਿਪੋਰਟ।